थोड़ी बहुत गल फाइनैशियल मैटर उत्ते अस करते हों कमलजीत सिंह चौहान और चौहान साहब स्वागत करते हैं। हाँ जी सत श्रीकाल जी अरजिंदर सिंह जी तुहानूं सुन ते देखण वाले सारे सुत्तियां नूं मेरे वालों प्यार भरी सत श्रीकाल जी। जी अच्छा तुसीं ते वैसे एक ते आरएएसपी दी गल कर ही रहे हो क्योंकि दिसंबर दा महीना है हुण मेरे ख्याल असीं मिड च पहुंच ही गए हैं दिसंबर दे तो एक कहंदे ना आखरी होका देना हुंदा है दिओ जानकारी। हाँ जी आरएएसपी जी आपां कर रहे हैं कई सालां जिवें आप जी नूं पता अपने सुत्तियां नूं मोस्टली हैगा पता काफी 30 साल हो गए आपां नूं इस फील्ड दे विच आरएएसपी दे विच ਕਿਉਂਕਿ ਇੱਥੇ ਆਪਾਂ ਨੇ ਆਪਣੀ ਫਾਈਨੈਂਸ਼ੀਅਲ ਜਿਹੜਾ ਹੈਗਾ ਬਿਜ਼ਨਸ ਇੱਥੋਂ ਸ਼ੁਰੂ ਕੀਤਾ ਸੀਗਾ ਤੇ ਅੱਗੇ ਐਕਸਪੈਂਡ ਕਰ ਲਿਆ। 31 December ਨਾ ਲਾਸਟ ਡੇਟ ਹੈਗੀ ਆ ਆਰਈਐਸਪੀ ਦੀ ਜੇ ਆਪਾਂ ਇਸ ਸਾਲ ਦੀ ਪੂਰੀ ਗ੍ਰਾਂਟ ਲੈਣੀ ਹੈ $500 ਦੀ ਗ੍ਰਾਂਟ ਜਿਹੜੀ ਹੁੰਦੀ ਹੈ ਕਿਉਂਕਿ ਹਰ ਸਾਲ $500 ਦੀ ਗ੍ਰਾਂਟ ਮਿਲਦੀ ਹੈ ਉਹਦੇ ਵਾਸਤੇ ਆਪਣੇ ਸਰੋਤਿਆਂ ਨੂੰ $2500 ਕੰਟਰੀਬਿਊਟ ਕਰਨਾ ਪੈਂਦਾ ਸਾਲ ਦਾ ਜਾਂ ਮੰਥਲੀ $210। ਔਰ ਅੱਗੇ ਵੀ ਜਿਵੇਂ ਪਿਛਲੇ ਐਪੀਸੋਡ 'ਚ ਵੀ ਦੱਸਿਆ ਸੀਗਾ ਉਸ ਤੋਂ ਬਾਅਦ ਮੈਨੂੰ 2-3 ਸਵਾਲ ਆਏ ਸੀਗੇ ਜੀ ਅਸੀਂ ਅਗਰ ਮੰਥਲੀ $100 ਪਾ ਲਈਏ ਕਿ ਸਾਨੂੰ $500 ਗ੍ਰਾਂਟ ਮਿਲ ਜਾਏਗੀ। ਨਹੀਂ ਅਗਰ ਤੁਸੀਂ ਇਸ ਸਾਲ ਦੀ ਪੂਰੀ ਗ੍ਰਾਂਟ ਲੈਣੀ ਹੈ $500 ਤਾਂ ਤੁਹਾਨੂੰ $2500 ਐਨੂਅਲ ਕੰਟਰੀਬਿਊਸ਼ਨ ਕਰਨਾ ਹੀ ਪਏਗਾ ਤਦ ਪੂਰੀ $500 ਦੀ ਮਿਲੇਗੀ। ਅਗਰ ਆਪਾਂ $100 ਪਾਵਾਂਗੇ ਤਾਂ ਆਪਾਂ ਨੂੰ ਉਹਦਾ 20% ਤੁਸੀਂ ਕਰ ਲਓ ਜੇ ਤੁਹਾਡੀ ਇਨਕਮ ਲੋ ਹੈਗੀ ਆ 49,000 ਤੋਂ ਘੱਟ ਹੈਗੀ ਆ ਤਾਂ ਅਪਰੋਕਸੀਮੇਟਲੀ ਤੁਹਾਨੂੰ ਜਿਹੜੀ 40% ਗ੍ਰਾਂਟ ਹੈ ਉਹ ਮਿਲ ਜਾਏਗੀ ਨੀਅਰ ਅਬਾਊਟ $600 ਤੁਹਾਨੂੰ ਆਪਣਾ ਆ ਜਾਂਦਾ। ਜੀ ਦੂਸਰਾ ਸੀਗਾ ਕਿ ਮੇਨ ਇਹ ਆਪਾਂ ਕਿਉਂ 31st ਕਿਉਂ ਆਪਾਂ ਕਰਦੇ ਹਾਂ ਕਿਉਂਕਿ ਯੂਜ਼ਲੀ ਅਸੀਂ ਲਾਸਟ ਡੇਟ 'ਤੇ ਨਹੀਂ ਜਾਂਦੇ ਕਿਉਂਕਿ ਸਾਰਾ ਸਾਲ ਲਈ ਆਰਈਐਸਪੀ ਦਾ ਕੰਮ ਚੱਲਦਾ ਹੁੰਦਾ ਐਵਰੀ ਈਅਰ ਹੀ ਚੱਲਦਾ ਸਾਡਾ ਫੁੱਲ ਪਰ ਇਹ ਕਿ ਕਈ ਵਾਰੀ ਸਰੋਤੇ ਕਹਿ ਦਿੰਦੇ ਵੀ ਕੋਈ ਨਹੀਂ ਖੀਰ 'ਚ ਜਾ ਕੇ ਕਰ ਲਾਂਗੇ ਖੀਰ 'ਚ ਕਰ ਲਾਂਗੇ ਕਦੀ ਵੀ ਡਿਲੇ ਨਾ ਕਰੋ ਉਹਨੂੰ ਹੌਲੀ ਹੌਲੀ ਜਿਵੇਂ ਡਿਲੇ ਕਰਦੇ ਹੋ ਕਈ ਵਾਰੀ ਜਿਵੇਂ ਹੁਣ ਤੁਸੀਂ ਗੱਲ ਕਰਕੇ ਹਟੇ ਹੋ ਅਗਰ ਆਪਣਾ ਫਾਈਨੈਂਸ਼ੀਅਲ ਜਿਵੇਂ ਹਾਊਸ ਮੋਰਗੇਜ ਇੰਟਰਸਟ ਵਧਿਆ ਹੁਣ ਅਫੋਰਡੇਬਿਲਟੀ ਫੈਕਟਰ ਹੈਗਾ ਸੀਗਾ ਹੁਣ ਅਗਰ ਸਪੋਜ਼ ਕਰੋ ਨਹੀਂ ਉਦੋਂ ਸਪੋਜ਼ ਕਰੋ ਥੋੜੇ ਥੋੜੇ ਕਰਕੇ ਸੇਵ ਕੀਤੇ ਹੁੰਦੇ ਤਾਂ ਕੰਟੀਨਿਊ ਰਹਿੰਦੇ ਆ ਮੈਂ ਨਹੀਂ ਕਹਿੰਦਾ ਕਿ ਪੂਰੇ ਕਰੋ ਪਰ ਕੁਛ ਕਰੋ ਉਹਨਾਂ ਨਾਲ ਕੀ ਹੈ ਤੁਹਾਡੀ ਗਵਰਨਮੈਂਟ ਦੀ ਗ੍ਰਾਂਟ ਪਲੱਸ CLB ਮੇਨ ਇਹ 'ਚ ਹੈਗਾ CLB ਉਹ ਫ੍ਰੀ ਮਿਲਦੀ ਆ $500 ਉਹਦੇ ਵਾਸਤੇ ਕੰਟਰੀਬਿਊਸ਼ਨ ਕਰਨ ਦੀ ਲੋੜ ਨਹੀਂ ਪੈਂਦੀ ਪਰ ਤੁਹਾਡੀ ਇਨਕਮ ਲੋ ਹੋਣੀ ਚਾਹੀਦੀ ਆ 49,000 ਤੋਂ ਥੱਲੇ ਥੱਲੇ ਤੇ ਜਿਵੇਂ ਹੌਲੀ ਹੌਲੀ ਸੇਵ ਕੀਤਾ ਹੁੰਦਾ ਜਿਵੇਂ ਹੁਣ ਜੇ ਸਪੋਜ਼ ਕਰੋ ਬੰਦਾ ਕਹਿੰਦਾ ਆ ਕੇ ਜੀ ਹੁਣ ਮੈਂ ਪਾਉਣਾ ਚਾਹੁੰਦਾ 2500 ਪੂਰੀ ਗ੍ਰਾਂਟ ਲੈਣ ਲਈ ਪਰ ਪਾ ਨਹੀਂ ਸਕਦਾ ਕਿਉਂਕਿ ਘਰ ਦੀ ਮੋਰਗੇਜ ਦਵਾਂ ਹੋਰ ਇੰਟਰਸਟ ਪੇਮੈਂਟ ਦਵਾਂ ਫੂਡ ਦੇ ਬਿੱਲ ਦਵਾਂ ਕਿੱਥੋਂ ਦਵਾਂ ਇਹ ਚੀਜ਼ ਹੁੰਦੀ ਹੈ ਉਹਨੂੰ ਅਗਰ ਤੁਸੀਂ ਪ੍ਰੋਪਰਲੀ day 1 ਤੋਂ ਸਲੋਲੀ ਸਲੋਲੀ ਪਲਾਨ ਕਰਦੇ ਜਾਓ ਤੁਹਾਡੇ ਲਈ ਕਾਫੀ ਫਾਇਦਾ ਹੋ ਜਾਂਦਾ। CLB ਵਾਸਤੇ ਮੈਂ ਜਿਹੜਾ ਹੁਣੇ ਦੱਸ ਕੇ ਹਟਿਆ ਤੁਹਾਨੂੰ ਉਹਦੇ ਲਈ ਅਗਰ ਸਪੋਜ਼ ਕਰੋ ਕੋਈ ਨਿਊ ਫੈਮਿਲੀ ਇੰਡੀਆ ਤੋਂ ਆਈ ਹੈ ਜਾਂ ਉਹਨਾਂ ਦੇ ਬੱਚੇ ਛੋਟੇ ਆ ਉਹਨਾਂ ਦੀ ਲੋ ਇਨਕਮ ਹੈਗੀ ਆ 49,000 ਇਸ ਸਾਲ ਦੀ ਤਾਂ ਅਗਰ ਉਹ ਵਿਦਆਊਟ ਕੰਟਰੀਬਿਊਸ਼ਨ ਕੀਤੇ ਕੋਈ ਪੈਸਾ ਕੰਟਰੀਬਿਊਟ ਕਰਨ ਦੀ ਲੋੜ ਨਹੀਂ ਹੈ ਆਰਈਐਸਪੀ ਸਿਰਫ ਆਰਈਐਸਪੀ ਪਲਾਨ ਓਪਨ ਕਰਨ ਦੀ ਲੋੜ ਹੈ ਤਾਂ ਗਵਰਨਮੈਂਟ $500 ਦੀ ਗ੍ਰਾਂਟ ਸਿੱਧੀ ਹੀ ਉਹਨਾਂ ਦੇ ਅਕਾਊਂਟ 'ਚ ਐਂਟਰ ਹੋ ਜਾਏਗੀ ਉਸ ਤੋਂ ਬਾਅਦ $100 ਪਰ ਈਅਰ ਉਹਨਾਂ ਨੂੰ ਐਡ ਹੋਏਗਾ ਜੇ ਉਹਨਾਂ ਦੀ ਇਨਕਮ 49,000 ਰਹਿੰਦੀ ਆ ਇਹਦੇ ਵਾਸਤੇ ਕੋਈ ਇਨਕਮ ਦੀ ਲੋੜ ਨਹੀਂ ਕੋਈ ਕੰਟਰੀਬਿਊਸ਼ਨ ਕਰਨ ਦੀ ਲੋੜ ਨਹੀਂ ਇਹਨੂੰ CLB ਕਹਿੰਦੇ ਆ ਕੈਨੇਡਾ ਲਰਨਿੰਗ ਬੌਂਡ ਇਹ $2000 ਦੇ ਐਕਸਟਰਾ ਬੈਨੀਫਿਟਸ ਹੁੰਦੇ ਨੇ ਤੇ ਅਗਰ ਸਰੋਤੇ ਕਈ ਵਾਰ ਕੀ ਹੁੰਦਾ ਕਿ ਆਪਾਂ ਨਵੇਂ ਆਏ ਹੁੰਦੇ ਆ ਜਾਂ ਮਾਰਚ ਵਿੱਚ ਕੰਮ ਸ਼ੁਰੂ ਕੀਤਾ ਹੁੰਦਾ ਜਾਂ ਆਪਾਂ ਨੇ ਕੰਮ ਪਹਿਲਾਂ ਨਹੀਂ ਮਿਲਿਆ ਹੁੰਦਾ ਇਸ ਸਾਲ ਦੀ ਲੋ ਹੁੰਦੀ ਹੈ ਪਰ ਅਗਲੇ ਸਾਲ ਜਾ ਕੇ ਆਪਣੀ ਹਾਈ ਇਨਕਮ ਹੋ ਜਾਣੀ ਹੈ ਘੱਟੋ ਘੱਟ ਤੁਹਾਨੂੰ ਇਹ ਹੈਗਾ ਕਿ ਅਗਲੇ ਸਾਲ ਫਿਰ ਉਹ $500 ਨਹੀਂ ਮਿਲੇਗਾ ਇਸ ਸਾਲ ਤੁਹਾਨੂੰ $500 ਦੀ ਗ੍ਰਾਂਟ ਮਿਲ ਜਾਏਗੀ ਇਹ ਨਾਲ ਤੁਹਾਨੂੰ ਫਾਇਦਾ ਹੋ ਜਾਂਦਾ। ਹਾਂਜੀ ਜਿੰਦਰ ਜੀ ਠੀਕ ਹੈ ਜੀ ਨਹੀਂ ਬੜੀ ਵਧੀਆ ਗੱਲ ਹੈ ਜੀ ਬਹੁਤ ਹੀ ਵਧੀਆ ਇੱਕ ਤਰ੍ਹਾਂ ਦਾ ਇਹ ਐਸਾ ਪਲਾਨ ਹੈ ਥੋੜੇ ਥੋੜੇ ਪੈਸੇ ਜੋੜ ਕੇ ਤੁਸੀਂ ਬੱਚਿਆਂ ਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਭਵਿੱਖ ਸਿਰਜ ਸਕਦੇ ਹੋ ਤਾਂ ਕਈ ਵਾਰੀ ਇਕੱਠੇ ਪੈਸੇ ਕੱਢਣੇ ਮਾਂ ਬਾਪ ਲਈ ਔਖੇ ਹੁੰਦੇ ਆ ਇਸ ਵੇਲੇ ਪੈਸੇ ਪਾਏ $100, $50, $200 ਮਹੀਨੇ ਦਾ ਜਿਹੜਾ ਤੁਸੀਂ ਈਜ਼ੀਲੀ ਅਫੋਰਡ ਕਰ ਸਕਦੇ ਹੋ ਉਹ ਲੌਂਗ ਟਰਮ ਦੇ ਵਿੱਚ ਦੇਖੋ ਕਿੰਨੀ ਰਕਮ ਬਣ ਜਾਂਦੀ ਹੈ ਔਰ ਇਹ ਕੋਈ ਸੋਚੀ ਸੁਣੀ ਸੁਣਾਈ ਗੱਲ ਨਹੀਂ ਇਹ ਪਰਖੀ ਹੋਈ ਅਜਮਾਈ ਹੋਈ ਗੱਲ ਹੈ ਤਾਂ ਜਿਹਨਾਂ ਬੱਚਿਆਂ ਨੇ ਜਾਂ ਜਿਹਨਾਂ ਪੇਰੈਂਟਸ ਨੇ ਇਹ ਪਲਾਨ ਲਏ ਆਪਣੇ ਜਿਹਨਾਂ ਪੇਰੈਂਟਸ ਨੇ ਆਪਣੇ ਬੱਚਿਆਂ ਵਾਸਤੇ ਅੱਜ ਦੇਖੋ ਬੱਚੇ ਯੂਨੀਵਰਸਿਟੀਆਂ 'ਚ ਪੜ੍ਹ ਕੇ ਬਲਕਿ ਪੜ੍ਹ ਲਿਖ ਕੇ ਹੁਣ ਅੱਛੀਆਂ ਜੌਬਸ 'ਤੇ ਨੇ ਜੀਵਨ 'ਚ ਵਧੀਆ ਸੈਟਲ ਹੋ ਚੁੱਕੇ ਨੇ ਤਾਂ ਇਸੇ ਕਰਕੇ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਜੋੜਨਾ ਸਿੱਖੀਏ ਥੋੜ੍ਹੇ ਥੋੜ੍ਹੇ ਸਹੀ ਤਾਂ ਗਾਈਡ ਕਰਦੇ ਤੁਹਾਨੂੰ ਕਮਲਜੀਤ ਸਿੰਘ ਚੌਹਾਨ ਤੋਂ ਔਰ ਦੂਜੀ ਗੱਲ ਇਹ ਹੈ ਕਿ ਵੱਡਾ ਫੈਸਲਾ ਜੀ ਜੀ ਇਹਦੇ 'ਚ ਮੈਂ ਇੱਕੋ ਗੱਲ ਐਡ ਕਰਾਂਗਾ ਕਿ ਵੱਡਾ ਫੈਸਲਾ ਹੁੰਦਾ ਹੈ ਤੁਸੀਂ 10-12-15-16 ਸਾਲ ਜਦ ਤੱਕ ਵੀ ਪੋਲਿਸੀ ਚੱਲਣੀ ਹੈ ਤੁਸੀਂ ਇਹ ਪਲਾਨ ਚੱਲਣਾ ਹੈ ਤੁਸੀਂ ਪੈਸੇ ਪਾਈ ਜਾਣੇ ਹੁੰਦੇ ਆ ਇਸ ਕਰਕੇ ਸੋਚ ਸਮਝ ਕੇ ਸ਼ੁਰੂਆਤ ਕਰੋ ਟਾਈਮ ਲੈ ਕੇ। ਜੀ ਤੁਸੀਂ ਕੋਈ ਲਾਸਟ ਕੁਛ ਕਹਿਣਾ ਚਾਹੁੰਦੇ ਹੋ?
हाँ जी देखो ये ना जिवें तुसीं कीती गल थोड़ी थोड़ी अमाउंट करके देखो अगर आपां थोड़ी थोड़ी अमाउंट करके भी सेव करदे आ ना जी अप्रोक्सीमेटली 60 to 80 thousand हो जांदा मान लैंदे आ हुण अज दी डेट दी जिहड़ी एजुकेशन कॉस्ट है जिहड़े बच्चे अवे फ्रॉम द होम ने मतलब कि अपने घर तों बाहर यूनिवर्सिटी च होस्टल च रह के पढ़ रहे आ और मोस्टली अजकल बच्चे चाहे यूनिवर्सिटी ऑफ टोरंटो भी जाण ਤਾਂ ਵੀ ਮੋਸਟਲੀ ਉਹ ਪ੍ਰੈਫਰ ਕਰਦੇ ਆ ਕਿ ਆਪਣੇ ਪੇਰੈਂਟਸ ਨੂੰ ਵੀ ਅਸੀਂ ਉੱਥੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਦੇ ਕਈ ਵਾਰੀ ਉਹਨਾਂ ਦੇ ਜਿਹੜੇ ਸਕੂਲ ਦਾ ਟਾਈਮਿੰਗ ਹੁੰਦੇ ਆ ਕਈ ਵਾਰੀ ਸ਼ਾਮ ਨੂੰ ਹੁੰਦੇ ਆ ਕਈ ਵਾਰੀ ਉਹਨਾਂ ਨੇ ਆਪਸ 'ਚ ਬਹਿ ਕੇ ਅਸਾਈਨਮੈਂਟ ਕਰਨੀ ਹੁੰਦੀ ਆ ਮਤਲਬ ਕਿਸੇ ਟਾਈਮ ਵੀ ਦਿਨ ਰਾਤ ਨੂੰ ਇਕੱਠੇ ਹੋ ਕੇ ਆਪਣਾ ਕਰ ਸਕਦੇ ਆ ਇਸ ਕਰਕੇ ਅੱਜ ਜਿਹੜੀ ਕੋਸਟ ਐਜੂਕੇਸ਼ਨ ਨੀ ਹੈ ਉਹ $85,000 ਹੈਗੀ ਹੈ ਚਾਰ ਸਾਲ ਦੀ ਐਜੂਕੇਸ਼ਨ ਜਿਹੜੀ ਬੈਚਲਰ ਹੈਗੀ ਹੈ ਮੰਨ ਲੈਂਦੇ ਅਗਰ ਆਪਣੇ ਕੋਲ ਆਰ ਐਸ ਵੀ ਥੋੜੇ ਪੈਸੇ ਵੀ ਹੋ ਰਹੇ ਆ ਇਕੱਠੇ ਜੇ 40 ਵੀ ਇਕੱਠਾ ਹੋ ਰਿਹਾ ਤਾਂ ਬੰਦਾ ਬਾਕੀ ਦੇ ਪੈਸੇ ਦਾ ਇੰਤਜ਼ਾਮ ਕਰ ਲੈਂਦਾ ਨਹੀਂ ਤਾਂ ਫਿਰ ਸਾਰੇ ਕਰਨੇ ਪੈਣਗੇ ਕਿਉਂਕਿ ਤੁਹਾਨੂੰ ਫਿਰ ਲੋਨ ਲੈਣਾ ਪਏਗਾ ਬੈਂਕ ਤੋਂ ਲੋਨ ਲੈਣਾ ਪਏਗਾ ਜਾਂ ਘਰ ਤੇ ਲੋਨ ਚੱਕਾਂਗੇ ਜਾਂ ਮੌਰਗੇਜ ਚੱਕਾਂਗੇ ਕਿ ਜਿਹੜਾ ਬੈਨੀਫਿਟ ਆਪਾਂ ਨੂੰ ਫ੍ਰੀ ਮਿਲ ਰਿਹਾ ਜਾਂ ਅਮਾਊਂਟ ਆਪਣੀ ਸੇਵਿੰਗ ਹੀ ਹੈ ਤੁਹਾਡੀ ਸੇਵਿੰਗ ਹੈ ਜਾਂ ਸੈਪਰੇਟ ਅਕਾਊਂਟ ਵੀ ਤੁਹਾਡੀ ਜਿਵੇਂ ਅਸੀਂ ਆਰ ਐਸ ਪੀ ਕਹਿੰਦੇ ਹਾਂ ਆਰ ਐਸ ਪੀ ਕਹਿੰਦੇ ਹਾਂ ਤੁਹਾਡੀ ਸੈਪਰੇਟ ਅਕਾਊਂਟ ਤੁਹਾਡੀ ਸੇਵਿੰਗ ਹੈ ਔਰ ਉਹਨਾਂ ਤੁਹਾਨੂੰ ਕਾਫੀ ਜ਼ਿਆਦਾ ਹੈਲਪ ਹੋ ਜਾਂਦੀ ਹੈ ਐਂਡ ਆਫ ਦਾ 18 ਤੇ ਜਾ ਕੇ ਕਾਫੀ ਹੈਲਪ ਹੋ ਜਾਂਦੀ ਹੈ ਔਰ ਜਿਵੇਂ ਤੁਸੀਂ ਕਿਹਾ ਸਾਡਾ ਜਿਵੇਂ ਤੁਸੀਂ ਕਿਹਾ ਤੁਹਾਡਾ ਪੂਰਾ ਐਕਸਪੀਰੀਅੰਸ ਕੀਤਾ ਹੋਇਆ ਔਰ ਸਾਡਾ ਐਕਸਪੀਰੀਅੰਸ ਹੈਗਾ ਵੀ ਨਿਊ ਦੈਟ ਕਿ ਵੀ ਇੰਨੇ ਸਾਲਾਂ 'ਚ ਇੰਨੀ ਤਕਰੀਬਨ ਇਕੱਠੀ ਅਮਾਊਂਟ ਹੋ ਜਾਂਦੀ 60 to 80 thousand ਅੱਜ ਦੇ ਹਾਲਾਤ ਦੇ ਹਿਸਾਬ ਨਾਲ ਕੰਮ ਕਰਦਿਆਂ ਨੂੰ ਇਸ ਫੀਲਡ ਵਿੱਚ ਤਾਂ ਹੀ ਇਹਨਾਂ ਦਾ ਇੱਕ ਐਸਟੈਬਲਿਸ਼ਡ ਇੱਕ ਨਾਮ ਹੈ ਸੋ 416-456-8559 ਨੰਬਰ ਸੰਭਾਲ ਕੇ ਰੱਖੋ ਕਦੀ ਵੀ ਲੋੜ ਪਵੇ ਤੇ ਕਮਲਜੀਤ ਸਿੰਘ ਚੌਹਾਨ ਨਾਲ ਗੱਲ ਕਰ ਸਕਦੇ ਹੋ ਚੌਹਾਨ ਸਾਹਿਬ ਥੈਂਕ ਯੂ ਅਗਲੇ ਟਿਊਜ਼ਡੇ ਕਰਦੇ ਹਾਂ ਗੱਲ ਥੈਂਕ ਯੂ ਜੀ ਟਾਈਮ ਦੇਣਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ